वाहेगुरु जी का खालसा, श्री वाहेगुरु जी की फतेह। हां जी, मैं हरदीप का और अपने चैनल में स्वागत है। असी सारे ठीक ठाक हाँ जी, वाहेगुरु की कृपा नाल तुसी भी ठीक होवोगे। टाइम है मॉर्निंग का, नेरा बहुत है, नेरा बहुत है। कीर्तन बाबा जी लागे करन, इधर हजे कोई नहीं आई, साडे घरां दी बीबी तैयारी करदी। इधर ना मिर्चे प्रसादे दी तैयारी हो रही है, लून मिर्च, मिर्चे विच मक्की दा आटा पा लै। लिया पानी, मिठी मिठी बाणी महाराज दी। कोई नहीं आ रही तो मासी नु सद लिया। अपना कल गीजर मच गया, हुण पाठिया ने बेचारे चुल्हे ते पानी कर कर दिता गा। अज देख रहे हुण
ਲਾਟਰੀ ਨਿਕਲੇ ਜਿਹੜੀ ਖੰਡ ਪਾਟਦੀ ਲਾਟਰੀ ਨਿਕਲਿਆ ਹੀ ਆਪਾਂ ਨੂੰ ਖੰਡ ਪਾਟਦੀ ਅਤੇ ਅੱਜ ਸ਼ਾਇਦ ਆਪਾਂ ਨੂੰ ਗੀਜ਼ਰ ਨਵਾਂ ਨਾ ਲਿਆ ਕੇ ਲਾਉਣਾ ਪੈ ਜੇ ਮੱਚ ਗਿਆ ਐਵੇਂ ਚੱਲਣ ਸਾਰੀ ਟੈਂਕੀ ਦਾ ਪਾਣੀ ਗਰਮ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਵੱਧ ਚੀਰ ਚੱਲ ਗਿਆ ਹੁਣ ਤਾਂ ਉਹ ਕੱਟ ਦਿੰਦਾ ਸੀਗਾ ਪਤਾ ਨਹੀਂ ਕੀ ਗੱਲ ਹੋ ਗਈ ਅਤੇ ਨੇ ਹੁਣ ਆਪਾਂ ਆਪਣੇ ਘਰ ਸਫਾਈਆਂ ਕਰ ਦਿਆਂਗੇ ਅਤੇ ਨੇ ਮਹਾਰਾਜ ਦੀ ਬਾਣੀ ਦਾ ਆਨੰਦ ਮਾਣਾਂਗੇ ਅਤੇ ਆਪਾਂ ਆਪਣੇ ਘਰ ਦੇ ਕੰਮ ਕਰਾਂਗੇ ਕਿਉਂਕਿ ਹੁਣ 5 ਵਜੇ ਦੇ ਪ੍ਰਸ਼ਾਦੇ ਪਾ ਕੇ ਦਿੱਤੀ ਵਿੱਚ ਦੀ ਮੈਂ ਇੱਕ ਪ੍ਰਸ਼ਾਦੇ ਵੀ ਬਣਵਾਉਂਦੀ ਸੀ ਵਿੱਚ ਦੀ ਮੈਂ ਘਰੇ ਕੰਮ ਵੀ ਕਰ ਦਿੱਤੀ ਭੈਣਾਂ ਬੀਬੀਆਂ ਸਾਰੀਆਂ ਘਰਾਂ ਦੀਆਂ ਪ੍ਰਸ਼ਾਦਾ ਮਿਸਾ ਬਣਾ ਕੇ ਸੱਕ ਕੇ ਵਾਗੀਆਂ ਅਤੇ ਆਹ ਨਾ ਇੱਕ ਦੋ ਪ੍ਰਸ਼ਾਦੇ ਡਿੱਗ ਪਏ ਇੱਥੋਂ ਸਫਾਈ ਕਰ ਦਾਂਗੇ ਝਾੜੂ ਝੂੜੂ ਲਾ ਦੇਵਾਂਗੇ ਫਿਰ ਆਪਣਾ ਦੂਜਾ ਪ੍ਰਸ਼ਾਦਾ ਬਿੱਲੀਏ ਬਿੱਲੀ ਆ ਨਾ ਜਿਹੜੇ ਆਏ ਖੜਕਾ ਹੋਏ ਖੜਕਾ ਹੋਏ ਕਿਤੇ ਹਰ ਕੇ ਇਸ ਤਰ੍ਹਾਂ ਅੱਗ ਮਚਾ ਕੇ ਪਾਣੀ ਪੀਤਾ ਆਹ ਲੱਕੜ ਜੀ ਤਵੀ ਮੱਛੀ ਆਉਂਦੀ ਇੱਧਰ ਨਾ ਛੱਡਦਾ ਸਰਦਾਰ ਜੀ ਤੜਕੀ ਪਏ ਨੇਗੇ 4 ਵਜੇ ਤਵੀ ਮੱਚ ਜਾਂਦੀ ਹੈ ਬਾਹ ਸੇਕਦੀ ਹੈ ਹੁਣ ਇੱਥੇ ਪਾਣੀ ਪੀਤਾ ਹੋਇਆ ਜਮੀ ਕੋਈ ਚੀਜ਼ ਹੈਗੀ ਕੋਈ ਕੋਈ ਚੀਜ਼ ਨੀ ਬਾਹਰ ਸਾਡੇ ਹੋਰ ਬਿੱਲੀਆਂ ਹੋਰ ਰਾਤ ਨਾਲ ਤੁਹਾਨੂੰ ਦੇਸੀ ਘਿਓ ਹੀ ਕਰਦੀ ਨਾ ਦੂਜੀ ਕਰਦੀ ਨਾ ਸਾਰਾ ਕੁਝ ਅੱਛੀ ਕਰ ਤਾਂ ਰਾਤ ਨੂੰ ਉੱਠੀ ਫਿਰ ਤੱਕ ਗਈ ਉਹ ਰਾਤ ਗੁਜ਼ਰਦੀ ਬਿੱਲੀ ਦੀ ਆਈ ਗੁਜ਼ਰ ਤੂੰ ਹੀ ਨਹੀਂ ਆਈ ਬਿੱਲੀ ਤਾਂ 1 ਮਿੰਟ ਨੀ ਚੀਰ ਮੜਾ ਲੈ ਟੀ ਵੀ ਪਿਆ ਮੈਂ ਕੱਟੀਆਂ ਜਾਣ ਸੁੱਟਿਆ ਮੈਂ ਰੋਟੀਆਂ ਮੈਂ ਹੁਣ ਝਾੜੂ ਲਾਉਂਦਾ ਝਾੜੂ ਝੂੜੂ ਲਾਉਣੇ ਆ ਕੇ ਸਫਾਈ ਕਰ ਦਿਆਂ ਲੋ ਜੀ ਝਾੜੂ ਲਾਈਏ ਨੇ ਉਧਰ ਸਫਾਈਆਂ ਕਰੀਏ ਆਪਣੇ ਘਰੇ ਰੌਣਕ ਮੇਲਾ ਵੱਧਦਾ ਖੰਡ ਪਾਟਲਾ ਦੇ ਘੱਟ ਠੰਡੀ ਵਾਲੀ ਹੈ ਕੀ ਕੁਲ ਮੈਂ ਕਿਹਾ ਨਾ ਕਿ ਜਿਹੜੀ ਕੱਪੜੇ ਪਾ ਦੇ ਹੁਣ ਕੱਪੜੇ ਫੇਰ ਪਾ ਦੇ ਲਾਂ ਕੰਮ ਧੰਦਾ ਕਰਕੇ ਫੇਰ ਚਲੋ ਜੀ ਆਪਾਂ ਝਾੜੂ ਲਾ ਦੀਏ ਉਧਰ ਸਥਾਨੇ ਪਰ ਹੈਂ ਲੋ ਜੀ ਯਾਰ ਟਾਈਮ ਆ ਰੋਟੀ ਖਾ ਲਈ ਪਕਾ ਲਈ ਲੰਗਰ ਸੱਕ ਲਿਆ ਸਕਾ ਲਿਆ ਸਾਰਾ ਕੁਛ ਕਰ ਲਿਆ ਗਾ ਅਤੇ ਹੁਣ ਦੁਪਹਿਰ ਦਾ ਟਾਈਮ ਤੁਹਾਨੂੰ ਪਤਾ 1 ਵਜੇ ਮੈਂ ਮੱਝਾਂ ਨੂੰ ਪਾਣੀ ਪਿਆਉਂਦੀ ਹਾਂ ਤੁਹਾਨੂੰ ਇੱਕ ਤੋਹਫਾ ਦਿਖਾਈਏ ਕੀ ਕਰੀਏ ਜੀ ਹਾਸੀ ਤਾਂ ਆਉਂਦੀ ਆ ਹੈ ਨਾ ਕੰਮ 'ਚ ਕਿਹੜਾ ਮੈਂ ਬਹੁਤ ਹੁੰਦੇ ਨੁਕਸਾਨ ਹੋ ਗਿਆ ਅੱਜ ਆਪਣਾ ਅਤੇ ਆਪਣਾ ਗੀਜ਼ਰ ਮੱਚ ਗਿਆ ਉਹ ਕਹਿੰਦੇ ਠੀਕ ਨਹੀਂ ਆਉਂਦਾ ਸਾਰਾ ਹੀ ਧੂੰਆਂ ਨਿਕਲ ਗਿਆ ਉਹ ਨਵਾਂ ਲਾਇਆ ਜਾ ਮੇਰੇ ਮੈਂ ਪਾਣੀ ਦੀ ਬਾਲਟੀ ਨਾ ਡੋਹ ਦੇ ਇੱਥੇ ਨਾ ਭਾਈ ਹੁਣ ਨਵਾਂ ਲਾ ਕੇ ਗਏ ਖੜੇ ਪੈਰ ਗੀਜ਼ਰ ਨਵਾਂ ਲਵਾਇਆ ਕਿਉਂਕਿ ਹੁਣ ਸਰਦਾ ਨਹੀਂ ਸੀਗਾ ਫਿਰ ਹੈ ਨਾ ਪਾਠੀ ਨਹਾਉਂਦੇ ਸੀਗੇ ਰਾਤ ਨੂੰ ਰੋਲ ਵੇਲੇ ਅੱਧਾ ਘੰਟਾ ਪਹਿਲਾਂ ਠਾਉਣਾ ਪਾਥੀਆਂ ਨੂੰ ਫਿਰ ਨਹਾਉਂਦੇ ਨੇ ਫਿਰ ਉਹ ਤਾਂ ਕਰਦੇ ਨੇ ਸਰਿਆ ਨਹੀਂ ਨੁਕਸਾਨ ਹੋ ਗਿਆ ਚਲੋ ਕੋਈ ਗੱਲ ਨਹੀਂ ਹੈ ਨਾ ਵਾਹਿਗੁਰੂ ਤੰਦਰੁਸਤੀ ਰੱਖੇ ਹੋਰ ਕੀ ਹੈ ਫਿਰ ਜਿਹੜਾ ਕਰਮਾਂ 'ਚ ਘੱਟ ਵਾਧਾ ਹੁੰਦਾ ਹਜੇ ਆਹ ਪ੍ਰਾਂਤਾਂ ਧੋਣ ਵਾਲੀਆਂ ਪਈਆਂ ਨੇ ਲੰਗਰ ਵਾਲੀਆਂ ਅੱਠ ਨੇ ਰੰਗ ਲੰਗਰ ਤਿਆਰ ਕਰਨੇ ਪਾਸੇ ਵਾਗੇ ਉਹਦੇ ਲੱਡੂ ਵੱਟੀ ਜਾਂਦੀਆਂ
ਮੇਰੇ ਘਰੇ ਕੰਮ ਪਏ ਨੇਗੇ ਮਹਾਂ ਪਾਣੀ ਪੂਣੀ ਪਿਆ ਤੋਂ ਬਾਥਰੂਮ 'ਚ ਰੇਤਾ ਆ ਗਿਆ ਹੁਣ ਭਾਈ ਲੱਗ ਗਏ ਨੇ ਨਾ ਗੀਜ਼ਰ ਉਹ ਸਾਫ਼ ਕਰਨੇ ਬਿਲ ਤਾਂ ਸਾਂਭੂੰਗੀ ਜਮੀ ਖਰਾਬ ਨੀ ਹੋਇਆ ਇੰਨਾ ਵਧੀਆ ਗੀਜ਼ਰ ਚ ਇੰਨਾ ਪਾਣੀ ਕਰਦਾ ਸੀ ਸਾਡੇ ਜਦੋਂ ਕੋਈ ਪ੍ਰੋਗਰਾਮ ਹੁੰਦਾ ਨਾ ਵਿਆਹ ਹੋਵੇ ਜੇ ਅਖੰਡ ਪਾਠ ਸਾਹਿਬ ਜੀ ਹੋ ਜਾਣਾ ਇਕੱਠ ਹੋ ਜਾਣਾ ਦੇਖ ਲਓ ਪਹਿਲਾਂ ਉਧਰ ਭੈਣ ਕੇ ਘਰੇ ਕਿੰਨਾ ਆ ਗਿਆ ਨਾ ਤਾਂ ਜਮੀ ਪਾਣੀ ਟੋਟ ਕੇ ਆਉਣ ਦਿੰਦਾ ਪਤਾ ਨਹੀਂ ਅਚਾਨਕ ਕੀ ਹੋ ਗਿਆ ਉਹੀ ਵਿਚਾਰੀ ਦੀ ਘੱਟ ਗਈ ਆ ਲੱਗੀ ਜਿਵੇਂ ਕਹਿੰਦੇ ਨੇ ਬੰਦੇ ਨੇ ਫਲਾਣੇ ਦੀ ਉਮਰ ਘੱਟ ਗਈ ਇਹਦੀ ਬਸ ਉਮਰ ਘੱਟ ਗਈ ਹੁਣ ਤਾਂ ਖਰਾਬ ਹੋ ਗਿਆ ਬਸ ਉੱਧਰ ਵੱਟੀ ਜਾ ਰਹੇ ਨੇ ਲੱਡੂ ਤੂੰ ਹੁਣ ਆ ਫੜੀ ਮੈਂ ਗੋਹਾ ਮਗਰ ਹਟਾਰਾ ਮੱਝ ਨੂੰ ਮੱਝ ਨਾ ਦੇ ਦੇ ਨਖਰੇ ਜਿਹਾ ਕਰ ਪੈਣ ਪੀ ਲੈ ਚਲੋ ਜੀ ਪਾਣੀ ਪਿਆ ਦੀ ਬਾਅਦ ਚ ਮਿਲ ਜਾ ਬਣਾ ਦੋ ਕਿ ਪਤਾ ਲੱਗਾ ਬਣ ਗਿਆ ਮੁੰਡੇ ਨੂੰ ਆਉਂਦੀ ਨੀ ਬਣਾਉਣੀਆਂ ਬਹੁਤ ਸੱਟ ਮਰੇ ਲੋਹੜੀ ਤੇ ਜਿਹੜੇ ਰਿਸ਼ਤੇਦਾਰ ਆਉਣੇ ਉਹਨਾਂ ਨੂੰ ਦੱਬੇ ਦੇਣ ਇੱਧਰ ਸਰਦਾਰ ਜੀ ਕੀ ਕਰਦੇ ਨੇ ਪਾਠੀਆਂ ਲਈ ਚਾਹ ਬਣਾਉਂਦੇ ਨੇ ਬਣ ਗਈ ਚਾਹ ਇੱਧਰ ਬਣਾ ਰਹੇ ਨੇ ਚਾਹ ਇੱਧਰ ਚੱਕ ਇੱਧਰ ਚਾਹ ਬਣਾ ਰਹੇ ਨੇ ਪਹੁੰਚ ਗਈ ਹੱਸਦੇ ਨੇ ਕਹਿੰਦੇ ਵੀਡੀਓ ਬਣਾ ਰਹੀ ਹੈ ਸਿਰ ਤੇ ਡਿਊਟੀ ਲੱਗ ਗਈ ਭੈਣ ਦੀ ਮੇਰੇ ਮੁੰਗਲਾਂ ਵਾਂਗੂ ਹੋ ਹੁਣ ਤਾਂ ਮੈਂ ਗਈ ਜੀ ਪੱਕਾ ਹੁੰਦਾ ਹੈਗਾ ਤਾਂ ਹੀ ਤੁਹਾਡਾ ਇਹਦੇ ਨਾਲ ਠੀਕ ਨਹੀਂ ਹੁੰਦਾ ਹੈਗਾ
छोटा या लोहड़ी वाले दिन पैसे मिनके एक पाई लो वो ਕਿੰਨੇ ਕੁ ਲਫਾਫੇ ਪੈ ਗਏ ਐਂ ਦੇਖ ਲਓ ਇੰਨੇ ਮੈਂ ਕੱਟ ਕੇ ਰੱਖ ਲਓ ਰਿਕੋ ਦੀ ਪਈ ਹੋਈ ਸਾਰੀ ਆਹ ਪਹਿਲੇ ਸਾਫ ਹੈ ਮੈਨੂੰ ਲੱਗਦਾ ਹੈ ਦੋ ਨੇ ਮੇਰੇ ਦੋ ਪਏ ਨੇ ਇੱਧਰ 11 ਪਏ ਹੋਰ ਕੱਟਣ ਨੇ ਕਿ ਆ ਕਿੱਦਾਂ ਕੱਟ ਕੇ ਕਾ ਪਏ ਮਨਿੰਦਰ ਬਾਬੀ ਮਾਸੀ ਨੂੰ ਪੁੱਛ ਮਾਸੀ ਦੇਖੀ ਹੋਰ ਕੱਟੀਆਂ ਇੱਕ कल मैं लगी लो जी पा भी धो दिए आटा आठन तैयारी का हो गया उधर ही पता नहीं की करी जांदियां ने कम वालियां भैणा आ तो खाल अपना बेल के भांडे च ना किस पासे बागे मैं तो आप भुल गई उधर उधर लड्डू बट्टा लग गई धोना भुल गई गीजर लाया थी जेड़ा ठंडा ठंडा पानी है कदे तत्ते पानी हथ पा जाना कदे ठंडे च मेरी बारी भी आई हुई खड़ी है बीमार होने की दो तीन बारी कहता उन्होंने भी परांठा दो रहा बना रोटी का टाइम होना चाहिए आप ऐप सड्डी गुरमने चलो जी आप मिलांगे कल किसी नवी वीडियो ना जेकर चैनल ते पहली बार हो चैनल नू कर ले सबसक्राइब सोहनिया सोहनिया वधिया वधिया वीडियो दी ले देखण लई
चैनल नू करो सबसक्राइब जी, वीडियो लाइक जरूर कर दियो। मिलांगे कल नू किसी नवी वीडियो नाल। हुण आपां हत्थां दे लंगर दी तैयारी करदे आ। हुण आपां कल नू मिलांगे किसी नवी वीडियो नाल। अज दी वीडियो च इन्ना ही। वाहिगुरू जी का खालसा, श्री वाहिगुरू जी की फतेह।